ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਜੋ ਕਿ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਹੀ ਹੈ। ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਧੀਨ ਅਲੱਗ ਅਲੱਗ ਸ਼ਾਖਾਵਾਂ ਭਾਈ ਵੀਰ ਸਿੰਘ ਬਿਰਧ ਘਰ ਤਰਨ ਤਾਰਨ, ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਖਾਲਸਾ ਹੋਸਪਿਟਲ ਚੱਲ ਰਿਹਾ ਹੈ ਜੋ ਕਿ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਭਾਈ ਵੀਰ ਸਿੰਘ ਬਿਰਧ ਘਰ ਤਰਨ ਤਾਰਨ ਵਿਖੇ ਹਰ ਤਰੀਕੇ ਦੀ ਫੈਸਿਲਿਟੀ ਮੌਜੂਦ ਹੈ। ਵਰਿੱਧਾਂ ਨੂੰ ਚਾਹ ਪਾਣੀ ਰੋਟੀ ਹਰ ਟਾਈਮ ਉਪਲਬਧ ਮਿਲਦਾ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵੀ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਸਾਡੀ ਪੰਜਾਬ ਪਲੱਸ ਟੀਮ ਨੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀਆਂ ਤਿੰਨਾਂ ਸ਼ਾਖਾਵਾਂ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਦਰਸ਼ਕੋ, ਅੱਜ ਅਸੀਂ ਆਏ ਹਾਂ ਭਾਈ ਵੀਰ ਸਿੰਘ ਬਿਰਧ ਘਰ, ਜਿਹੜਾ ਕਿ ਸੇਵਾ ਦਾ ਪੁੰਜ ਇਸ ਏਰੀਏ ਦੇ ਵਿੱਚ, ਤਰਨ ਤਾਰਨ ਦੇ ਏਰੀਏ ਦੇ ਵਿੱਚ ਉਸ ਸਮੇਂ 'ਤੇ ਖੁੱਲ੍ਹਿਆ ਗਿਆ ਜਦੋਂ ਅੱਜ ਦੇ ਹਾਲਾਤ ਅਤੇ ਉਸ ਸਮੇਂ ਦੇ ਹਾਲਾਤਾਂ ਦਾ ਬੜਾ ਜ਼ਮੀਨ ਅਸਮਾਨ ਦਾ ਫਰਕ ਸੀਗਾ। ਔਰ ਚੀਫ ਖਾਲਸਾ ਦੀਵਾਨ ਜਿਹੜਾ ਮੋਹਰੀ ਹੈ ਸੇਵਾ ਦੇ ਵਿੱਚ, ਉਸਨੇ ਸਾਰਾ ਇਨੀਸ਼ੀਏਟਿਵ ਲੈ ਕੇ ਤਿੰਨ ਬਜ਼ੁਰਗਾਂ ਤੋਂ ਸ਼ੁਰੂ ਕੀਤਾ ਹੋਇਆ ਇਹ ਸੰਸਥਾਨ ਜਿਹੜਾ ਹੈਗਾ। ਅੱਜ 100 ਦੇ ਕਰੀਬ ਜਿਹੜੇ ਬਿਰਧ ਹੈਗੇ ਇੱਥੇ ਸੇਵਾ ਕਰ ਰਹੇ ਨੇ, ਸੇਵਾ ਲੈ ਰਹੇ ਨੇ ਇੱਥੇ ਸਾਰੇ। ਔਰ ਉਹਨਾਂ ਨੂੰ ਆਪਣੇ ਮਾਪਿਆਂ ਦੇ ਨਾਲ ਜ਼ਿਆਦਾ ਪਿਆਰ ਜਿਹੜਾ ਹੈਗਾ ਇਹ ਸਾਰੀ ਸੰਸਥਾ ਦੇ ਲੋਕ ਜਿਹੜੇ ਦੇ ਰਹੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਥੋਂ ਦੇ ਜਿਹੜੇ ਆਨਰੇਰੀ ਪ੍ਰਧਾਨ ਨੇ। ਸਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਵੀਰ ਜੀ, ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਮੈਂ ਇਹ ਸੰਸਥਾ ਦੇ ਨਾਲ ਜੁੜ ਕੇ ਇਹ ਸੇਵਾ ਦੇ ਕੰਮਾਂ ਦੇ ਵਿੱਚ ਲੱਗਾਂ? ਕਿਉਂਕਿ ਅੱਜ ਅਸੀਂ ਦੇਖਦੇ ਹਾਂ ਜਦੋਂ ਬੰਦੇ ਕੋਲ 4 ਪੈਸੇ ਆ ਜਾਂਦੇ ਆ, ਉਦੋਂ ਬਾਅਦ ਵਿੱਚ ਉਹਦਾ ਮਨ ਜਿਹੜਾ ਹੈਗਾ ਉਹ ਹੋਰ ਤਰੀਕਿਆਂ ਦੇ ਵਿੱਚ ਲੱਗਿਆ ਹੁੰਦਾ। ਕਿਵੇਂ ਡਾਇਵਰਟ ਹੋ ਗਏ ਤੁਸੀਂ ਇਸ ਸੇਵਾ 'ਚ ਲੱਗੇ ਔਰ ਇਸ ਨੂੰ ਆਪਣਾ ਐਸਾ ਬਣਾਇਆ ਕਿ ਨਹੀਂ ਇਹ ਸੇਵਾ ਦੇ ਵਿੱਚ ਲੱਗ ਕੇ ਮੈਂ ਆਪਣੇ ਜੀਵਨ ਨੂੰ ਜਿਹੜਾ ਹੈਗਾ ਸਫਲ ਕਰਨਾ? ਕਿਵੇਂ ਇਹ ਸੰਸਥਾ ਜਿਹੜੀ ਹੈ ਜੀ ਭਾਈ ਵੀਰ ਸਿੰਘ ਬਿਰਧ ਘਰ, ਇਹ ਤੁਸੀਂ ਦਰਾਨ ਬਾਈ ਦਾ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ, ਮੇਨ ਬਾਡੀ ਸਾਡੀ ਅੰਮ੍ਰਿਤਸਰ ਹੈ ਚੀਫ ਖਾਲਸਾ। ਮੈਂ ਚੀਫ ਖਾਲਸਾ ਦੀਵਾਨ ਨੂੰ 1962 ਦੇ ਵਿੱਚ ਜੁਆਇਨ ਕੀਤਾ, 1962। ਉਸ ਤੋਂ ਲੈ ਕੇ ਹਾਲੀ ਤੱਕ ਮੈਂ ਐਜ਼ ਆ ਨੋਨ ਐਗਜ਼ੈਕਟਿਵ ਦਾ ਮੈਂਬਰ, ਐਜ਼ ਆ ਡਿਵੀਜ਼ਨਲ ਸੈਕਟਰੀ ਆਮ ਕੰਮ ਚਲਾ ਰਿਹਾ। ਬਾਕੀ ਇਹ ਸੰਸਥਾ ਜਿਹੜੀ ਹੈ ਨਿਰਹੋਤ ਗਰੀਬਾਂ ਵਾਸਤੇ, ਜਿਨ੍ਹਾਂ ਦੇ ਬੱਚੇ ਮਾਂ ਬਾਪ ਨੂੰ ਨਹੀਂ ਸੰਭਾਲਦੇ, ਨਹੀਂ ਕੋਈ ਕਰਦੇ, ਜਾਂ ਰੋਟੀ ਦਾ ਵੀ ਇੰਤਜ਼ਾਮ ਨਹੀਂ, ਕੋਈ ਕਿਸੇ ਚੀਜ਼ ਦਾ ਇੰਤਜ਼ਾਮ ਨਹੀਂ, ਅਸੀਂ ਉਹਨਾਂ ਨੂੰ ਬਗੈਰ ਕਿਸੇ ਜਾਤ ਪਾਤ ਦੇ, ਬਗੈਰ ਕਿਸੇ ਗੱਲਬਾਤ ਦੇ ਪੱਖ ਪਾਤ ਦੇ ਅਸੀਂ ਕਹਿੰਦੇ ਹਾਂ ਕਿ ਵੀ ਤੁਸੀਂ ਸਾਡੇ ਕੋਲ। ਸਾਡੀ ਇੱਕੋ ਸ਼ਰਤ ਹੁੰਦੀ ਹੈ ਕਿ ਵੀ ਇਹ ਉਹ ਬੰਦਾ ਜਿਹਨੂੰ ਅਸੀਂ ਇੱਥੇ ਐਡਮਿਟ ਕਰਨਾ, ਕਿ ਸਾਨੂੰ ਤਾਂ ਗੌਰਮੈਂਟ ਵੱਲੋਂ ਜਾਂ ਹੋਰ ਕਿਸੇ ਵੱਲੋਂ ਕੋਈ ਫੰਡ ਨਹੀਂ ਮਿਲਦੇ, ਸਾਨੂੰ ਜਿਹੜੇ ਫੰਡਸ ਆ ਆਪ ਕ੍ਰੀਏਟ ਕਰਨੇ ਪੈਂਦੇ ਨੇ। ਉਹ ਬੰਦੇ ਦੀ ਅਸੀਂ ਇੱਕ ਹੈਲਪ ਨਹੀਂ ਕਰ ਸਕਦੇ ਵੀ ਉਹਨੂੰ ਸੈਕਿੰਡ ਹੈਲਪਰ ਅਸੀਂ ਦਿੱਤਾ ਜਾਵੇ, ਅਸੀਂ ਉਹ ਬੰਦੇ ਨੂੰ ਰੱਖਦੇ ਹਾਂ ਜਿਹੜਾ ਬੰਦਾ ਆਪਣੀ ਸਿਹਤ ਸੰਭਾਲ ਦਾ ਧਿਆਨ ਕਰ ਲੈ, ਬਾਕੀ ਅਸੀਂ ਉਹਦਾ ਸਭ ਚੀਜ਼ਾਂ ਪੂਰੀਆਂ ਕਰਾਂਗੇ, ਉਹਦਾ ਖਾਣਾ, ਉਹਦਾ ਮੈਡੀਕਲ ਏਡ, ਉਹਦੇ ਬਸਤਰ, ਉਹਦੇ ਰਹਿਣ ਸਹਿਣ ਦਾ ਤਰੀਕਾ, ਉਹਨੂੰ ਹਰ ਇੱਕ ਚੀਜ਼ ਰੂਮ ਹਰ ਕੋਈ ਪ੍ਰੋਵਾਈਡ ਕਰਦੇ। 57 ਸਾਲ ਦਾ ਜਿਹੜਾ ਹੈਗਾ ਇਹ ਸਫ਼ਰ, ਜਿਸ ਦੇ ਵਿੱਚ ਤੁਸੀਂ ਬੜੇ ਯੰਗ ਹੋਵੋਗੇ ਉਸ ਟਾਈਮ ਦੇ ਉੱਪਰ ਔਰ ਅੱਜ ਵੀ ਯੰਗ ਲੱਗ ਰਹੇ ਹੋ, ਕੀ ਅਸੀਂ ਇਹ ਮੰਨੀਏ ਵੀ ਜਿਹੜੀ ਸੇਵਾ ਦੇ ਵਿੱਚ ਬੰਦਾ ਲੱਗ ਜਾਂਦਾ ਉਹਦੇ ਨਾਲ ਵਿਟਾਮਿਨਸ ਮਿਲਦੇ ਨੇ, ਲੋਕਾਂ ਦੀਆਂ ਅਸੀਸਾਂ ਮਿਲਦੀਆਂ ਨੇ ਔਰ ਗੱਲਾਂ ਹਾਲੇ ਵੀ ਲਾਲੀ ਜਿਹੜੀ ਹੈਗੀ ਆ ਉਹ ਚਮਕ ਰਹੀ ਹੈਗੀ ਆ। 57 ਸਾਲ ਦਾ ਲੰਬਾ ਸਫ਼ਰ ਔਰ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਫੇਸ ਇੰਪ੍ਰੈਸ਼ਨ ਇੰਨਾ ਲਾਈਟ, ਔਰ ਅਸੀਂ ਦੇਖ ਰਹੇ ਸੰਡੇ ਦਾ ਦਿਨ, ਈਜ਼ੀ ਗੋਇੰਗ ਮੂਡ, ਬੜਾ ਅੱਖਾਂ 'ਚ ਕੋਈ ਤੇਜ਼ੀ ਨਹੀਂ ਹੈ। ਮੇਰੀ ਗੱਲ ਹੈ ਜੀ, ਹਰ ਇੱਕ ਚੀਜ਼ ਆਪਣੇ ਹਿਸਾਬ ਦੇ ਨਾਲ ਇੱਕ ਫੈਕਟਰ ਦੇ ਨਾਲ ਕੰਮ
ਕਰਦੀ ਹੈ। ਆਈ ਐਮ ਅਬਾਊਟ 77 77 ਸਾਲ, ਉਹਦੇ ਉਮਰ ਦਾ ਲਿਹਾਜ਼ ਨਾਲ ਫਰਕ ਪੈਂਦਾ, ਕੋਈ ਤਕਲੀਫ਼ ਆ ਜਾਵੇ ਕੁਛ ਆ ਜਾਵੇ। ਬਾਕੀ ਇੱਥੇ ਤਾਂ ਧਾਰਮਿਕ ਸੇਵਾ ਹੈਗੀ ਜੀ, ਇੱਕ ਪੈਸਾ ਵੀ ਅਸੀਂ ਜਿਹੜਾ ਇਹ ਦਾਨ ਦਾ ਹੁੰਦਾ ਅਸੀਂ ਇੱਥੇ ਕੋਈ ਸੂਲ ਖਰਚ ਨਹੀਂ ਕਰਦੇ। ਸਾਡਾ ਆਪਣਾ ਪਰਸਨਲ ਇੱਕ ਨਵਾਂ ਜਿਹੜਾ ਪੈਸਾ ਹੁੰਦਾ ਉਹਨਾਂ ਦੇ ਉੱਤੇ ਲੱਗ ਜਾਂਦਾ, ਉਹਨਾਂ ਦੇ ਉੱਤੇ ਅਸੀਂ ਖਰਚ ਕਰਦੇ। ਬਾਕੀ ਸਾਡਾ ਇਸ ਸੰਸਥਾ ਦਾ 4-5 ਲੱਖ ਰੁਪਇਆ ਮਹੀਨਾ ਖਰਚਾ ਹੈਗਾ, ਪਰਮਾਤਮਾ ਆਪਣੇ ਆਪ ਕਦਰ ਨਾ ਕਦਰ ਪੂਰਾ ਕਰ ਦਿੰਦਾ। ਉਹ ਦਾਨੀ ਸੱਜਣਾਂ ਨੂੰ ਅਸੀਂ 250 ਚਿੱਠੀ ਰੋਜ਼ ਦੀ ਕੱਢਦੇ ਹਾਂ ਦਾਨੀ ਸੱਜਣਾਂ ਨੂੰ। ਦਿੱਲੀ ਦੇ ਮੈਂ ਡਾਇਰੈਕਟਰੀਆਂ ਲਿਆਂਦੀਆਂ ਹੋਈਆਂ ਨੇ ਬੜੇ ਬੜੇ ਕੋਲੋਨੀਜ਼ ਦੀਆਂ, ਉਹਨਾਂ ਨੂੰ ਚਿੱਠੀਆਂ ਕੱਢ ਦੇ ਦੀਆਂ, ਰੋਜ਼ 2-4-5 ਨਿਕਲ ਆਉਂਦੀਆਂ ਨੇ, ਇਹਦੇ 'ਚੋਂ ਪੈਸਾ ਸਾਡਾ ਗੁਜ਼ਾਰਾ ਚੱਲਦਾ। ਦੇਖੋ ਜੀ, ਭਾਈ ਵੀਰ ਸਿੰਘ ਨੇ ਚੀਫ ਕਤ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ ਹੈ, ਇਹ ਜਿਹੜੀਆਂ ਬ੍ਰਾਂਚਾਂ ਭਾਈ ਵੀਰ ਸਿੰਘ ਬ੍ਰਾਂਚ ਦੀਆਂ ਬਿਰਧ ਕਰਾਉਂਦੀਆਂ ਨੇ ਕਿ ਦਿਸ ਇਜ਼ ਰਨ ਬਾਈ ਦਾ ਚੀਫ ਕਲਚਰ ਬ੍ਰਾਂਚ, ਸਾਡੀ ਪੇਰੈਂਟ ਬੋਡੀ ਤੋਂ ਚਲਾਉਂਦੀ। ਇਹਨਾਂ ਨੇ ਅੰਮ੍ਰਿਤਸਰ ਵੀ ਖੋਲਿਆ, ਸਾਡੇ ਕੋਲ ਅੰਮ੍ਰਿਤਸਰ ਪੁਤਲੀ ਘਰ ਵੀ ਹੈਗਾ ਹੈ ਭਾਈ ਵੀਰ ਸਿੰਘ, ਉਹਦਾ ਨਾਂ ਹੈ ਗੁਰੂ ਕੀ ਨਾਂ ਗੁਰੂ ਅਮਰਦਾਸ ਹੋਲਕਰ। ਉੱਥੇ ਵੀ ਅਸੀਂ ਸਾਰਾ ਕੰਮ ਕਰਦੇ, ਕੋਈ ਵੀ ਬੰਦਾ ਰਹਿਣਾ ਚਾਹੇ ਕਰਨਾ ਚਾਹੇ, ਜਿੰਨੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਕੁਰਬਾਨੀ ਕਰਕੇ। ਔਰ ਸਾਡੇ ਚੀਫ ਕਲਚਰ ਜਵਾਨ ਜਿਹੜਾ ਉਹ ਇਸ ਚੀਜ਼ ਨੂੰ ਚਾਹੁੰਦਾ ਕਿ ਵੱਧ ਤੋਂ ਵੱਧ ਅਸੀਂ ਜਿਹੜੇ ਲੋਕਾਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਸੇਵਾ ਨਹੀਂ ਸੂਰਤ ਨਾਲ। ਮੇਰਾ ਜਿਹੜਾ ਕਹਿਣ ਦਾ ਮਤਲਬ ਇਹ ਆ ਕਿ ਸੇਵਾ ਕਰਨਾ, ਕਿਉਂਕਿ ਕਈ ਵਾਰ ਅਗਰ ਕੋਈ ਜਿੱਦਾਂ ਜਿਹੜੇ ਰਿਟਾਇਰ ਹੋ ਜਾਂਦੇ ਬੰਦੇ, ਉਹਨਾਂ ਦਾ ਮਨ ਜਿਹਾ ਉਦਾਸ ਜਿਹਾ ਹੋਣ ਲੱਗ ਜਾਂਦਾ, ਜਿਵੇਂ ਤੁਸੀਂ ਹੁਣ ਆਹ ਵਿਟਾਮਿਨਾਂ ਦੇ ਨਾਲ ਗੱਲਾਂ ਗੁੱਲਾਂ ਜਾਂ ਲਾਲ ਕਰੇ, ਸਾਰੇ ਖੁਸ਼ੀ ਵਾਲੇ ਸਾਰੇ ਅਸੀਂ ਦੇਖ ਰਹੇ ਹਾਂ, ਤੁਹਾਡਾ ਸਾਰਾ ਬੈਗ ਹੈ ਜਿਹੜਾ ਹੈਗਾ ਉਹ 70-75 ਤੋਂ ਵੱਧ ਵਿੱਚੋਂ ਕਈ ਹੈਗੇ ਨੇ, ਪਰ ਫਿਰ ਵੀ ਜਿਹੜਾ ਹੈਗਾ ਉਹਨਾਂ ਦਾ ਮਾਇੰਡ ਸੈਟ ਆ ਜਿਹੜਾ ਬੜੇ ਸਟੇਬਲ ਨੇ। ਔਰ ਅਗਰ ਉਹ ਸੇਵਾ ਕਰਨੇ ਚਾਹੁਣ, ਜਿਹੜੇ ਬੰਦੇ ਰਿਟਾਇਰ ਹੋ ਜਾਂਦੇ ਹਲੇ ਉਹਨਾਂ ਦੀ ਏਜ 60-61 ਹੁੰਦੀ ਆ, ਔਰ ਉਹਨਾਂ ਨੂੰ ਲੱਗਦਾ ਕਿ ਅਸੀਂ ਕਿਸੇ ਨਾ ਕਿਤੇ ਸੇਵਾ ਕਰੀਏ, ਤਾਂ ਉਹਨਾਂ ਨੂੰ ਤੁਸੀਂ ਨਾਲ ਆਪਣਾ ਉਂਗਲੀ ਬਣਾਉਣ ਨੂੰ ਤਿਆਰ ਹੋ? ਬਿਲਕੁਲ ਤਿਆਰ ਹੈ ਜੀ, ਅਸੀਂ ਇੱਕੋ ਚੀਜ਼ ਚਾਹੁੰਦੇ ਹਾਂ, ਦੇਰ ਸ਼ੁਡ ਬੀ ਨੋ ਪੋਲਿਟਿਕਸ ਹੈ ਓਨਲੀ। ਜੇ ਸੇਵਾ ਭਾਵ ਦੇ ਨਾਲ ਕੋਈ ਵੀ ਮੈਂਬਰ ਬੰਦਾ ਕਰਨਾ ਚਾਹਵੇ ਉਹ ਜ਼ਰੂਰ ਕਰੇ। ਸਾਡੀ ਬੇਟੀ ਦੀ ਮੇਨ ਪੈਰੈਂਟ ਬੋਡੀ ਆ, ਉਹ ਈਵਨ ਮੈਂਬਰ ਲੈਣ ਨੂੰ ਵੀ ਤਿਆਰ ਹੋਏ। ਸਰ, ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਇੱਥੇ ਬਿਰਧ ਜਿਹੜੇ ਹੈਗੇ ਨੇ ਉਹਨਾਂ ਨੂੰ ਫਸਟ ਕਲਾਸ ਜਿਹੜੇ ਹੈਗੇ ਆ, ਫਲੱਸ਼ ਬਾਥਰੂਮ, ਫਸਟ ਕਲਾਸ ਖਾਣਾ, ਫਸਟ ਕਲਾਸ ਦੁੱਧ ਦਾ ਜਿਹੜਾ ਹੈਗਾ ਅਰੇਂਜਮੈਂਟ ਹੈਗਾ, ਦਵਾਈ ਜੜੀ ਬੂਟੀ ਦਾ ਹੈਗਾ, ਔਰ ਡੈਥ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਦਾ ਕ੍ਰੀਮੇਸ਼ਨ ਤੱਕ ਵੀ ਜਿਹੜਾ ਹੈਗਾ ਇਹ ਚੀਫ ਖਾਲਸਾ ਦੀਵਾਨ ਜਿਹੜਾ ਇਸ ਆਸ਼ਰਮ ਦੇ ਵਿੱਚ ਕਰਵਾ ਰਿਹਾ ਉਹਦੇ ਬਾਰੇ ਕੀ? ਦੇਖੋ ਜੀ, ਉਹ ਤਾਂ ਸਾਡਾ ਫਰਜ਼ ਬਣਦਾ ਜਿਹੜਾ ਨਾ ਬਿਰਧਾਂ ਨੂੰ ਅਸੀਂ ਇੱਥੇ ਰੱਖਿਆ, ਉਹਨਾਂ ਦੀ ਹਰ ਇੱਕ ਚੀਜ਼ ਦਾ ਸੇਵਾ ਸੰਭਾਲ ਦਾ, ਉਹਨਾਂ ਦਾ ਖੁਰਾਕ ਦਾ, ਬਿਸਤਰ ਦਾ, ਸਫਾਈਆਂ ਦਾ, ਉਹਨਾਂ ਨੂੰ ਹਰ ਚੀਜ਼ ਪ੍ਰੋਵਾਈਡ ਕਰਨਾ ਇਹ ਸਿਰਫ ਭਾਈ ਵੀਰ ਸਿੰਘ ਬਿਰਧ ਘਰ ਦੀ ਜ਼ਿੰਮੇਵਾਰੀ ਹੈ। ਜੇ ਅਸੀਂ ਉਹਨਾਂ ਨੂੰ ਇਹ ਵੀ ਚੀਜ਼ਾਂ ਨਹੀਂ ਦੇ ਸਕਦੇ, ਉਹ ਜਿਸ ਕਰਕੇ ਸਾਡੇ ਕੋਲ ਆਉਂਦੇ ਨੇ, ਫਿਰ ਉਹਨਾਂ ਨੂੰ ਸਾਡੇ ਕੋਲ ਆਉਂਦਾ। ਇਸ ਕਰਕੇ ਦਿਸ ਇਜ਼ ਅਵਰ ਮੋਰਲ ਡਿਊਟੀ ਕਿ ਪ੍ਰੋਵਾਈਡ ਦੈਮ ਆਲ ਦਾ ਫੈਸਿਲਿਟੀ ਕਿ ਉਹ ਅਸੀਂ ਮੈਕਸੀਮਮ ਉਹਨਾਂ ਨੂੰ ਦੇ ਸਕੀਏ। ਔਰ ਸਰ, ਇਹਨਾਂ ਦੇ ਵੀ ਜਿਹੜੇ ਕਿ ਆਪਣਾ ਪੈਸਾ ਖਰਚਣਾ ਚਾਹੁੰਦੇ ਨੇ, ਜਿਹੜੇ ਦਾਨ ਕਰਨਾ ਚਾਹੁੰਦੇ ਨੇ, ਕੀ ਇਹ ਟੈਕਸ ਦੀ ਜਿਹੜੀ ਹੈਗੀ ਬਿਲਕੁਲ ਡਿਡਕਸ਼ਨ? ਸਾਨੂੰ ਇਨਕਮ ਟੈਕਸ ਦੀ ਐਕਟ 84 ਗਾੜੀ ਦੇ 80 ਦੇ ਮੁਤਾਬਕ ਇਨਕਮ ਟੈਕਸ ਵਿੱਚ ਛੋਟ ਹੈ। ਅਸੀਂ ਜਿਹੜਾ ਵੀ ਦਰਜ ਸਾਨੂੰ ਦਾਨੀ ਸੱਜਣ ਪੈਸੇ ਦਿੰਦਾ, ਅਸੀਂ ਉਹ ਇਨਕਮ ਟੈਕਸ ਛੋਟ ਦਾ ਸਰਟੀਫਿਕੇਟ ਉਹਨੂੰ ਪ੍ਰੋਵਾਈਡ ਨਾਲ ਕਰਦੇ ਹਾਂ ਕਿ ਦਿਸ ਇੰਨੇ ਰੁਪਏ ਜਿਹੜੇ ਆ ਇਨਕਮ ਟੈਕਸ ਦੇ ਵਿੱਚ ਤੁਹਾਨੂੰ ਦਿੰਦੇ। ਦੇਖੋ ਜੀ, ਇਹ ਕੰਮ ਜਿਹੜਾ ਇਕੱਲੇ ਪ੍ਰੈਜੀਡੈਂਟ ਜਾਂ ਮੈਂਬਰ ਨੂੰ ਚਾਹੀਦਾ ਨਹੀਂ ਹੈ, ਉਹਦੇ ਵਾਸਤੇ ਉਹਦੀ ਟੀਮ ਜਿਹੜੀ ਹੈ ਉਹ ਉਹਨਾਂ ਨੂੰ ਮਿਲੀ ਹੈ। ਮੈਂ ਕੋਈ ਚੁਣੌਤੀ ਸਮਝਦਾ ਕਿ ਜਿਹੜਾ ਵੀ ਸਾਡਾ ਸਟਾਫ ਮਿਲਿਆ ਭਾਈ ਵੀਰ ਸਿੰਘ ਕਰ ਸਾਹਿਬ ਗੁਰਬਖਸ਼ ਸਿੰਘ ਨੇ ਜਾਂ ਹੋਰ ਸਾਰੇ ਬੰਦੇ ਨੇ, ਇਹ ਬੜੇ ਆਪਣੇ ਦਿਲੋਂ ਮਿਹਨਤ ਕਰਕੇ ਔਰ ਇਹ ਸਾਰਾ ਦਿਨ ਰਾਤ ਚਲਾਉਂਦੇ ਨੇ। ਕੋਈ ਇੱਕ ਬੰਦੇ ਨੂੰ ਵੀ ਸੰਭਾਲਦਾ ਹੈ, 4 ਘੰਟਿਆਂ ਨੂੰ ਰਾਤ ਦਿਨ ਸੰਭਾਲਣਾ ਔਰ ਰਾਤ ਇੱਥੇ ਡਿਊਟੀ ਦੇਣੀ 24 ਘੰਟੇ, ਜਿਹਦੀ ਡਿਊਟੀ ਫੋਰ 24 ਆਵਰ ਲੈਣਾ, ਕਿਉਂਕਿ ਇੰਨੀ ਮਿਹਨਤ ਕਰਨੀ ਔਰ ਇੰਨਾ ਧਿਆਨ ਰੱਖਣਾ ਇੱਕ ਬੜੀ ਵੱਡੀ ਇਹਨਾਂ ਦੀ ਸਟਾਫ ਦੀ। ਆਈ ਐਮ ਰਾਦਰ ਥੈਂਕਫੁਲ ਟੂ ਮਾਈ ਸਟਾਫ। ਸਰ, ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਜਿਹੜੇ ਪੰਜਾਬ ਪਲੱਸ ਚੈਨਲ ਦੇ ਮਾਧਿਅਮ 'ਤੇ ਜਾਂ ਯੂਟਿਊਬ ਦੇ ਮਾਧਿਅਮ 'ਤੇ ਸਾਰੇ ਵਰਲਡ ਦੇ ਵਿੱਚ ਇਹ ਜਿਹੜੇ ਤੁਹਾਡੇ ਸ਼ੋਅ ਜਾ ਰਹੀਆਂ ਨੇ, ਕਿ ਜਿਹੜੇ ਲੋਕ ਸੰਬੰਧ ਕੱਢਣਗੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਹਰ ਤਕਲੀਫ ਤੋਂ ਪਾਸੇ ਰਹਿਣਗੇ ਔਰ ਵੱਧ ਵੱਧ ਦਾਨ ਕਰਨ ਔਰ ਐਸੀਆਂ ਸੰਸਥਾਵਾਂ ਨੂੰ ਕਰਨ ਜਿੱਥੇ ਬਾਕੀ ਸੇਵਾ ਹੋ। ਬਿਲਕੁਲ ਜੀ, ਦੇਖੋ ਇਹ ਜਿਹੜੀ ਸੰਸਥਾਵਾਂ ਨੇ, ਦਿਸ ਇਜ਼ ਨੋਟ ਏਡਡ ਬਾਈ ਦੀ ਗਵਰਨਮੈਂਟ, ਦਿਸ ਇਜ਼ ਨੋਟ ਏਡਡ ਬਾਈ ਹੈਲਪ ਬਾਈ ਐਨੀ ਅਦਰ, ਇਹ ਸਿਰਫ ਦਾਨ ਦੇ ਨਾਲ ਹੀ ਚੱਲਦਾ ਔਰ ਦਾਨ ਦੇ ਨਾਲ ਹੀ ਚੱਲੇਗਾ। ਜਿਸ ਜਿਹੜੇ ਖਰਚੇ ਨੇ ਉਹ ਦਿਨੋਂ ਦਿਨ ਵੱਧ ਨੇ ਅਤੇ ਘਟਣੇ ਨਹੀਂ। ਅੱਜ ਪਹਿਲੇ 2 ਲੱਖ ਸੀ, ਫਿਰ 5 ਲੱਖ ਹੋਇਆ, ਅੱਜ ਹੋ ਸਕਦਾ ਵੱਧ ਜਾਵੇ, ਹੋਰ ਵੱਧ ਜਾਵੇ, ਕਿਉਂਕਿ ਹਰ ਚੀਜ਼ ਮਹਿੰਗਾਈ ਵਾਲੇ ਪਾਸੇ ਚੱਲੀ ਹੈ। ਜਿੰਨਾ ਦਾਨ ਮਿਲੇਗਾ, ਜਿੰਨੀ ਅਸੀਂ ਲੋਕਾਂ ਨੂੰ ਫੈਸਿਲਿਟੀ ਦੇ ਸਕਦੇ ਹਾਂ ਉਹ ਸਾਨੂੰ ਦੇਣੀ ਚਾਹੀਦੀ ਹੈ ਔਰ ਅਸੀਂ। ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਸਾਡੇ ਛੋਟੇ ਜਿਹੇ ਸੱਦੇ 'ਤੇ ਅੱਜ ਤੁਸੀਂ ਸਾਰੇ ਜਿਹੜੇ ਹੈਗੇ ਐਡੇ ਐਡੇ ਵੱਡੇ ਮੈਂਬਰ ਜਿਹੜੇ ਹੈਗੇ ਆ, ਐਡੇ ਐਡੇ ਬੋਡੀਆਂ ਜਿਹੜੀਆਂ ਹੈਗੀਆਂ ਆਈਆਂ ਔਰ ਸਾਨੂੰ ਇਹ ਮੌਕਾ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੰਕਲ ਜੀ, ਕਿਹੜੇ ਸਾਲ ਤੋਂ ਤੁਸੀਂ ਇਸ ਸੇਵਾ 'ਚ ਲੱਗੇ ਔਰ ਕਿੰਨਾ ਕੁ ਆਨੰਦ ਆ ਰਿਹਾ ਅੱਜ ਜ਼ਿੰਦਗੀ ਦੇ?
ਮੈਨੂੰ ਸਾਰੇ 7-8 ਸਾਲ ਹੀ ਹੋਏ ਇਸ ਕੰਮ 'ਤੇ ਲੱਗਿਆ। ਵੈਸੇ ਪਹਿਲਾਂ ਹੋਰ ਥਾਵਾਂ 'ਤੇ ਬੜਾ ਥਾਵਾਂ 'ਤੇ ਜਿੱਥੇ ਵੀ ਸੇਵਾ ਮੇਲੀ ਕਰਦੇ ਰਹੇ, ਜੋੜੇ ਘਰ, ਗੁਰਦੁਆਰੇ ਵਗੈਰਾ, ਪਰ ਇੱਥੇ ਆਇਆ ਮੈਂ 7-8 ਸਾਲ ਹੀ ਹੋਏ। ਔਰ 7-8 ਸਾਲ ਦਾ ਜਿਹੜਾ ਸਫ਼ਰ ਹੈਗਾ, ਜਿਸ ਤਰੀਕੇ ਨਾਲ ਇੱਥੇ ਇੰਨੇ ਬਿਰਧਾਂ ਦੀ ਸੇਵਾ ਹੋ ਰਹੀ ਹੈਗੀ ਆ, ਔਰ ਬਿਰਧਾਂ ਨੂੰ ਜਦੋਂ ਤੁਸੀਂ ਉਹਨਾਂ ਦੇ ਅੱਖਾਂ 'ਚ ਆਂਸੂ ਦੇਖਦੇ ਆ, ਉਹਨਾਂ ਦੇ ਪੁਰਾਣੇ ਜੀਵਨੀਆਂ ਸੁਣਦੇ ਆ, ਅਤੇ ਬੜਾ ਤੁਹਾਨੂੰ ਮਨ ਦੰਗ ਤਾਂ ਹੁੰਦਾ ਉਹਨਾਂ ਦੀ ਸੇਵਾ ਕਰਕੇ। ਬਿਰਧਾਂ ਨਾਲ ਜੀ ਅਸੀਂ ਇਸ ਤਰ੍ਹਾਂ ਡੀਲ ਕਰਦੇ, ਇਸ ਤਰ੍ਹਾਂ ਆਪਣੇ ਸਾਡੇ ਆਪਣੇ ਮਾਂ ਬਾਪ ਨੇ, ਅਸੀਂ ਹੈਰਾਨ ਹੁੰਦੇ ਹਾਂ ਕਿ ਲੋਕ ਜਿਹੜਾ ਨੇ ਇਹਨਾਂ ਨੂੰ ਘਰੋਂ ਕੱਢਿਆ ਕੱਢਿਆ ਕਿਉਂ ਹੈ। ਬੜੀ ਮਾੜੀ ਗੱਲ ਹੈ, ਸਾਨੂੰ ਚਾਹੀਦਾ ਇਹ ਆਪਣੇ ਮਾਂ ਬਾਪ ਦੀ ਸੇਵਾ ਕਰੀਏ ਔਰ ਪੂਰੇ ਤਰ੍ਹਾਂ ਉਹਨੂੰ ਕਰੀਏ। ਔਰ ਜਿਹੜੇ ਵੀ ਲੋਕ ਇਸ ਚੈਨਲ ਦੇ ਮਾਧਿਅਮ 'ਤੇ ਦੇਖ ਰਹੇ, ਉਹਨਾਂ ਨੂੰ ਕੀ ਫੀਲ ਰਹੂਗੀ ਵੀ ਉਹ ਵੀ ਆਪਣੀ ਸੇਵਾ 'ਚ ਥੋੜ੍ਹਾ ਤਲਪੁਲ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਪਾਉਣ, ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ 'ਚ ਵੀ ਖੁਸ਼ੀਆਂ ਹਨ? ਵੀ ਅਸੀਂ ਇਹਨਾਂ ਨੂੰ ਹਰ ਤਰ੍ਹਾਂ ਕੁਛ ਲਿਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਕਿਸੇ ਨੂੰ ਕੋਈ ਜਿਹੜਾ ਮਸਾ ਵੀ ਤਕਲੀਫ ਹੋਵੇ, ਉਹਨਾਂ ਨੂੰ ਦਵਾਈ ਦਾਰੂ ਕਰੀਦੀ ਹੈ, ਹਸਪਤਾਲ ਦਾਖਲ ਕਰਾਉਣਾ ਪਏ ਕਰਾਈਦਾ, ਜੇ ਕਿਸੇ ਦੀ ਡੈਥ ਹੋ ਜਾਵੇ ਕ੍ਰੀਮੇਸ਼ਨ ਵਗੈਰਾ ਵੀ, ਹਰ ਇੱਕ ਚੀਜ਼ ਕਿਸੇ ਨੂੰ ਹੋਵੇ ਦਵਾਈ ਵੀ ਨਹੀਂ ਲੈਂਦੇ, ਔਰ ਸਾਰਾ ਖਰਚਾ ਹੀ ਸਾਰਾ ਸਾਡਾ ਬੇਰੁਜ਼ਗਾਰੀ ਕਰਦੇ। ਔਰ ਇਹ ਮੈਂਬਰ ਜਿਹੜੇ ਸਾਰੇ ਤੁਹਾਡੇ ਆ, ਉਹ ਜਿਬਾਂ ਦੇ ਵਿੱਚੋਂ ਪੈਸੇ ਖਰਚਦੇ ਆ ਔਰ ਲੋਕਾਂ ਨੂੰ ਮੋਟੀਵੇਟ ਕਰਦੇ, ਆਪਣੇ ਰਿਸ਼ਤੇਦਾਰਾਂ ਨੂੰ ਮੋਟੀਵੇਟ ਕਰਦੇ ਆ, ਵਰਲਡ ਦੇ ਵਿੱਚ ਇਹ ਚੀਜ਼ 'ਚ ਉਹਨਾਂ 'ਚ ਖੁਸ਼ੀ ਹੁੰਦੀ ਕਿ ਮੈਂ ਹਰੇਕ ਬੰਦੇ ਨੂੰ, ਅਸੀਂ ਕਈ ਵੀ ਦਾਨ ਪੁੰਨ ਕਰ ਯਾਰ ਕਰੇਗਾ ਦਾਨ ਪੁੰਨ ਦਾ ਤਰੀਕ, ਅਤੇ ਉਹਦਾ ਜਦੋਂ ਭਲਾ ਹੁੰਦਾ ਉਹ ਦੁਬਾਰਾ ਕਰਦਾ। ਹਾਂਜੀ, ਕਈ ਲੋਕ ਆਪਣੇ ਆਪ ਹੀ ਆ ਕੇ ਇੱਥੇ ਦਮ ਕਰ ਜਾਂਦੇ ਨੇ, ਆਪਣਾ ਕੋਈ ਬੇੜ ਵਗੈਰਾ ਲੈ ਜਾਂਦੇ ਆ, ਕੋਈ ਫਰੂਟ ਵਗੈਰਾ। ਇੱਥੇ ਸਾਡੇ DC ਸਾਹਿਬ ਆਏ ਸੀਗੇ, ਉਹਨਾਂ ਨੇ ਸਾਨੂੰ ਬੜਾ ਵਧੀਆ ਸਰਟੀਫਿਕੇਟ ਦਿੱਤਾ ਸੀ ਕਿ ਜੀ ਮੈਂ ਇਹੋ ਜਿਹੇ ਬਿਰਧ ਕਰ ਕਰੀ ਦੇਖਿਆ। ਜਿੰਨੀ ਇੱਥੇ ਸੇਵਾ ਹੁੰਦੀ ਹੈ, ਜਿੰਨਾ ਇੱਥੇ ਧਿਆਨ ਰੱਖਿਆ ਜਾਂਦਾ, ਜੋ ਸਫਾਈ ਵਗੈਰਾ ਮੈਂ ਇੱਥੇ ਵੇਖੀ ਹੈ, ਮੈਂ ਆਲ ਇੰਡੀਆ ਕਿਤੇ ਨਹੀਂ ਵੇਖੀ। ਸਰ, ਵਿੱਦਿਆ ਦੇ ਦਾਨ ਦੇ ਵਿੱਚ ਮੂਹਰੀ ਸੰਸਥਾਵਾਂ ਚੀਫ ਖਾਲਸਾ ਦੀਵਾਨ ਔਰ ਉਹਦੇ ਨਾਲ ਨਾਲ ਬਿਰਧ ਘਰਾਂ ਦੀ ਸੇਵਾ, ਜਿੱਦਾਂ ਆਪਾਂ ਭਾਈ ਸਾਹਿਬ ਭਾਈ ਵੀਰ ਸਿੰਘ ਜਿਹੜਾ ਜਿੱਥੇ ਆਪਾਂ ਅੱਜ ਬੈਠੇ ਹੈਗੇ ਤਰਨ ਤਾਰਨ, ਇੱਥੇ ਜਿਹੜੀ ਸੇਵਾ ਹੋ ਰਹੀ ਹੈਗੀ ਆ ਬਿਰਧ ਘਰ ਦੀ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸਭ ਤੋਂ ਪਹਿਲੀ ਦੇ ਗੱਲ ਇਹ ਕਹਿੰਦਾ ਵੀ ਜਿਹੜੀ ਚੀਫ ਖਾਲਸਾ ਦੀਵਾਨ ਸੰਸਥਾ ਉਹ ਸੇਵਾ ਲਈ ਹੈ, ਸੇਵਾ ਵੀ ਬਿਰਧਾਂ ਦੀ, ਇਹਦੇ ਨਾਲ ਦੀ ਨਾਲ ਐਜੂਕੇਸ਼ਨ ਦੀ, ਹਸਪਤਾਲ ਵੀ ਸਾਡੇ ਚੱਲਦੇ ਆ, ਕਾਲਜ ਵੀ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ, ਅਸੀਂ ਸਸਤੀ ਵਿੱਦਿਆ ਦਿੰਦੇ ਹਾਂ, CBSE ਦੇ ਸਕੂਲਾਂ ਦੇ ਮੁਕਾਬਲੇ, ਬਾਕੀ ਸਕੂਲਾਂ ਦੇ ਮੁਕਾਬਲੇ ਅਸੀਂ ਸਸਤੀ ਐਜੂਕੇਸ਼ਨ ਦਿੰਦੇ ਹਾਂ। 1959 ਵਿੱਚ ਭਾਈ ਵੀਰ ਸਿੰਘ ਦੇ ਦਾ ਸੰਕਲਪ ਸੀ ਕਿ ਬਿਰਧਾਂ ਨੂੰ, ਕਿਉਂਕਿ ਮਾਂ ਪਿਓ ਨੂੰ ਕੋਈ ਸੰਭਾਲਦਾ ਨਹੀਂ, ਇੱਕ ਬਿਰਧ ਘਰ ਬਣਾਇਆ ਜਾਏ। ਉਹਨਾਂ ਦੇ ਸੁਪਨਾ ਨੂੰ ਸਾਕਾਰ ਕਰਨ ਲਈ ਚੀਫ ਖਾਲਸਾ ਦੀਵਾਨ ਨੇ ਤਰਨ ਤਾਰਨ ਵਿੱਚ ਬਿਰਧ ਘਰ ਬਣਾਇਆ। ਇੱਥੇ ਖਾਲਸਾ ਪ੍ਰਚਾਰਕ ਵਿਦਿਆਲਾ ਜਿੱਥੇ ਧਰਮ ਦੀ ਵਿੱਦਿਆ ਦਿੱਤੀ ਜਾਂਦੀ ਸੀ, ਇੱਥੇ ਤੇਲਗੂ ਰਾਖੀ ਪਬਲਿਕ ਸਕੂਲ ਖੋਲ੍ਹਿਆ ਗਿਆ। 1906 'ਚ ਸੈਂਟਰਲ ਖਾਲਸਾ ਹਸਪਤਾਲ ਇੱਥੇ ਚਾਲੂ ਹੋਇਆ। ਡਾਕਟਰ ਰਾਜਵੀਰ ਜਿਹੜੇ ਅੱਖਾਂ ਦੇ ਬਹੁਤ ਏਸ਼ੀਆ ਦੇ ਵੱਡੇ ਡਾਕਟਰ ਆ, ਉਹਨਾਂ ਦੇ ਦਾਦਾ ਜੀ ਡਾਕਟਰ ਸੋਹਣ ਸਿੰਘ ਜੀ ਆ ਕੇ ਹਰ ਐਤਵਾਰ ਇੱਥੇ ਲਗਭਗ 70-80 ਆਪਰੇਸ਼ਨ ਫਰੀ ਕਰਦੇ ਸੀ। ਉਹਨਾਂ ਤੋਂ ਬਾਅਦ ਡਾਕਟਰ ਰਣਵੀਰ ਸਿੰਘ ਜੀ ਜਿਹੜੇ ਆਰਮੀ 'ਚੋਂ ਰਿਟਾਇਰ ਹੋ ਗਏ, ਹੈੱਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਏ, ਉਹ ਵੀ ਅੱਖਾਂ ਦੀ ਸਾਰੀ ਉਮਰ, ਈਵਨ 1996 ਸਾਲ ਦੀ ਉਮਰ ਵਿੱਚ ਵੀ ਆ ਕੇ ਇੱਥੇ ਲੋਕਾਂ ਦਾ ਆਪਰੇਸ਼ਨ ਫਰੀ ਆਪਰੇਸ਼ਨ ਕਰਦੇ ਨੇ। ਇਸ ਤੋਂ ਅੱਗੇ ਜਿਹੜਾ ਭਾਈ ਵੀਰ ਸਿੰਘ ਬਿਰਧ ਘਰ ਆ, ਇਹ ਜਦੋਂ ਬਿਰਧ ਸਾਡੇ ਕੋਲ ਆਉਂਦੇ ਆ, ਅਸੀਂ ਉਹ ਰੱਖਦੇ ਹਾਂ ਜਿਹੜਾ ਆਪਣੀ ਕਾਇਆ ਸਾਧ ਸਕਦਾ। ਸਾਡੇ ਕੋਲ ਆ ਕੇ ਜੇਕਰ ਉਹ ਬਿਮਾਰ ਹੋ ਜਾਂਦਾ ਜਾਂ ਉਸ ਬਿਰਧ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ, ਉਹ ਚੀਫ ਖਾਲਸਾ ਦੀਵਾਨ ਨੇ ਬਿਰਧ ਘਰ ਨੇ ਪ੍ਰੋਵਾਈਡ ਕਰਨਾ। ਔਰ ਮੈਂ ਤਾਂ ਉਹ ਕਈ ਰਾਂ ਦੇ ਦਿਮਾਗ 'ਚ ਹੁੰਦਾ, ਭਾਈ ਗੁਰਦਾਸ ਜੀ ਦਾ ਕਥਨ, ਮਾਂ ਪਿਓ ਪਰ ਹਰ ਕਰੇ ਦਾਨ ਮੂਰਖ ਗਿਆਨੀ, ਮਾਂ ਪਿਓ ਪਰ ਹਰ ਪੜ੍ਹੇ ਵੇਦ ਮੂਰਖ ਗਿਆਨੀ। ਭਾਈ ਗੁਰਦਾਸ ਜੀ ਨੇ ਆਪਣੇ ਇੱਕ ਵਾਰ ਵਿੱਚ ਬੜਾ ਕਲੀਅਰ ਲਿਖਿਆ ਵੀ ਜਿਹੜਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਉਹਦਾ ਕੋਈ ਵੀ ਦਾਨ ਕੀਤਾ ਪ੍ਰਵਾਨ ਨਹੀਂ ਦਿੰਦਾ। ਸਰ, ਇਸ ਲਈ ਅੱਜ ਆਪਾਂ ਦੇਖ ਰਹੇ ਪੰਜਾਬ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਚੱਲ ਚੁੱਕੀ ਹੈ, ਕਿਉਂਕਿ ਅੱਜ ਜਿਹੜੀ ਵਿਚਾਲੜੀ ਤਬਕਾ ਹੈਗਾ, ਜਿਹੜੇ 50-55-60 ਸਾਲ ਵਾਲੇ ਜਿਹੜੇ ਹੈਗੇ ਲੋਕ ਆ, ਉਹ ਮਾਂ ਬਾਪ ਦੀ ਸੇਵਾ ਵੀ ਕਰਦੇ ਆ ਔਰ ਆਉਣ ਵਾਲੀ ਪੀੜ੍ਹੀ ਦੇ ਨਾਲ ਉਹਨਾਂ ਨੂੰ ਵਿਚਰਨਾ, ਜਿਹੜਾ ਥੋੜ੍ਹਾ ਜਿਹਾ ਉਹੋ ਜਿਹੇ ਹਾਲਾਤ ਬਣੇ ਹੋਏ ਨੇ। ਤਾਂ ਕੀ ਸੋਚਦੇ ਤੁਸੀਂ ਵੀ ਜਿੰਨਾ ਜਿੰਨਾ, ਜਿਵੇਂ ਆਪਾਂ ਕਹਿੰਦੇ ਵੀ ਅੱਜ ਕਲਯੁੱਗ ਹੈ, ਕਲਯੁੱਗੀ ਬੰਦਿਆਂ ਦੇ ਲਈ ਆ, ਜਿਹੜੇ ਸਤਯੁਗੀ ਬੰਦੇ ਆ, ਜਿਹੜੇ ਲੋਕ ਸੇਵਾ ਕਰਦੇ ਨੇ, ਜਿੱਦਾਂ ਤੁਸੀਂ ਲੋਕ ਆਪਣੀ ਜ਼ਿੰਦਗੀ ਨੂੰ ਦਾਨ ਦਿੱਤਾ ਹੋਇਆ ਹੈ, ਆਪਣਾ ਮਿਹਨਤ ਕਰ ਰਹੇ ਹੋ, ਸੇਵਾ ਕਰ ਰਹੇ ਹੋ ਨਾਲ ਨਾਲ ਸੰਸਥਾਵਾਂ ਦੇ, ਅਤੇ ਉਹਨਾਂ ਦੇ ਵਿੱਚ ਪ੍ਰੋਬਲਮਸ ਵੀ ਘੱਟ ਆਉਂਦੀਆਂ ਨੇ। ਅਸਲ ਵਿੱਚ ਨਾ ਪ੍ਰੋਬਲਮਸ ਦੀ ਗੱਲ ਵੀ ਤੁਸੀਂ ਕੀਤੀ ਆ, ਅੱਜ ਦਾ ਮੀਡੀਆ ਦਾ ਯੁੱਗ ਆ। ਅੱਗੇ ਸੀ ਵੀ ਬਿਰਧ ਨੇ, ਮਾਂ ਪਿਓ, ਦਾਦੇ ਨੇ, ਦਾਦੀ ਨੇ ਆਪਣੇ ਪੋਤਰੇ ਪੋਤਰੀਆਂ ਨੂੰ ਲੈ ਕੇ ਉਹਨਾਂ ਨੂੰ ਸਾਖੀਆਂ ਸੁਣਾਉਣੀਆਂ ਔਰ ਉਹਨਾਂ ਨਾਲ ਪਿਆਰ ਕਰਨਾ,
अज जो समा आ गया पैसे की दौड़ में बच्चे भी भज रहे हैं तो माँ प्यो भी उस सेवा नहीं माँ बच्चों नहीं संभालते जिस तरह कि अज जो पुराने समय संभालते सर थोड़ा बहुत बहुत धन्यवाद जिहड़ा ये विद्या के दानी संस्थावां जिहड़ियां नाल विद्या का दान ते नाल असीं देख रहे हैं कि माँ बाप की सेवा जिहड़ी हैगी आ उहदे नाल तुसीं जिहड़ा काउंसलिंग करदे हो क्योंकि तुहाडे कोले हुण एक ऐसा नैटवर्क बन चुका है कि तुसीं बच्चों नूं इंसान बनाउण दे लई ज़्यादा सेवा कर रहे हो कि जिहड़े बच्चे चीफ खालसा दवान दे स्कूलों पढ़ते हैं वह एक चंगे इंसान बन के निकलते हैं उन्होंने एटीकेट्स उन्होंने माइंड सैट अप उन्होंने ਬਜ਼ੁਰਗਾਂ ਦੇ ਪੈਰੀ ਹੱਥ ਲਗਾਉਣੇ ਉਹਨਾਂ ਨੂੰ ਪਿਆਰ ਕਰਨਾ ਮਾਂ ਬਾਪ ਦੀ ਸੇਵਾ ਕਰਨੀ ਇਹ ਵੀ ਸੰਸਥਾ ਜਿਹੜੀ ਹੈਗੀ ਆ ਘੁੱਟ ਘੁੱਟ ਕੇ ਭਰ ਰਹੀ ਹੈ ਕੀ ਕਹਿੰਦੇ ਅਸੀਂ ਸਾਈਕੋਲੋਜੀ ਦੇ ਟੀਚਰ ਵੀ ਰੱਖੇ ਸਕੂਲਾਂ 'ਚ ਜਿਹੜੇ ਬੱਚੇ ਦੀ ਸਾਈਕੋਲੋਜੀ ਨੂੰ ਪੜ੍ਹ ਕੇ ਬੱਚੇ ਨੂੰ ਉਸ ਹਿਸਾਬ ਨਾਲ ਕਾਉਂਸਲਿੰਗ ਕਰਦੇ ਆ ਵੀ ਉਹ ਜਿੱਥੇ ਉਹਨੇ ਇਹ ਐਜੂਕੇਸ਼ਨ ਲੈਣੀ ਹੈ ਇਹਦੇ ਨਾਲ ਦੇ ਨਾਲ ਉਹ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਸਕੇ ਇੰਨੀ ਗ੍ਰੀਨਰੀ ਸਾਰੇ ਪਾਸੇ ਔਰ ਬਿਰਧ ਆਸ਼ਰਮ ਦੇ ਅਸੀਂ ਗਰਾਊਂਡ 'ਚ ਖੜ੍ਹੇ ਹੈਗੇ ਹਾਂ ਕੀ ਕਹਿਣਾ ਚਾਹੋਗੇ ਅਸੀਂ ਦੇਖ ਰਹੇ ਹਾਂ ਫੁੱਲਾਂ ਨੂੰ ਦੇਖ ਕੇ ਤਾਂ ਵੈਸੇ ਬੰਦੇ ਦਾ ਮਨ ਜਿਹੜਾ ਹੈਗਾ ਉਹ ਬਹਿਲ ਜਾਂਦਾ ਹੈਗਾ ਔਰ ਉਹਨਾਂ ਦੁਖੀ ਹਿਰਦਿਆਂ ਦਾ ਜਿਹੜੇ ਬੰਦੇ ਬਿਰਧ ਆਸ਼ਰਮ 'ਚ ਰਹਿ ਰਹੇ ਆ ਜਿਹਨਾਂ ਦੇ ਮਨ ਨੂੰ ਕਈ ਵਾਰੀ ਉਦਾਸੀਆਂ ਜਿਹੜੀਆਂ ਘੇਰਦੀਆਂ ਹੈਗੀਆਂ ਇਹੋ ਜਿਹੀ ਗ੍ਰੀਨਰੀ ਦੇਖ ਕੇ ਕੀ ਕਹਿਣਾ ਚਾਹੋ ਦੇਖੋ ਇਹ ਜਿਹੜੇ ਪਾਰਕ ਆ ਇਹ ਬਿਰਧ ਜਿਹੜੇ ਸਾਡੇ ਇੱਥੇ ਰਹਿੰਦੇ ਆ ਬਿਰਧ ਘਰ ਦੇ ਵਿੱਚ ਉਹਨਾਂ ਲਈ ਬਣਾਏ ਆ ਜੋ ਸਰਦੀਆਂ ਦਾ ਮੌਸਮ ਹੁੰਦਾ ਬਿਰਧ ਆਣ ਕੇ ਬਾਹਰ ਬਹਿੰਦੇ ਆ ਧੁੱਪ ਸੇਕਦੇ ਆ ਇਹੋ ਜਿਹੇ ਫੁੱਲ ਲੱਗੇ ਹੁੰਦੇ ਆ ਉਹਨਾਂ ਦਾ ਮਨ ਵੀ ਖੁਸ਼ ਹੁੰਦਾ ਉਹਨਾਂ ਦੇ ਲਈ ਇਹ ਸਾਰਾ ਕੁਝ ਤਿਆਰ ਕੀਤਾ ਮਾਲੀ ਇੱਥੇ ਸਦਾ ਕੰਮ ਕਰਦਾ ਇਹਨਾਂ ਨੂੰ ਬਿਲਕੁਲ ਰੱਖਦਾ ਵਾ ਬਣਾ ਕੇ ਵਧੀਆ ਤਾਂ ਕਿ ਬਿਰਧ ਜਿਹੜੇ ਆਣ ਕੇ ਇੱਥੇ ਬੈਠ ਸਕਣ ਅਤੇ ਇੱਥੇ ਆਪਣਾ ਜ਼ਿੰਦਗੀ ਦਾ ਆਨੰਦ ਲੈ ਸਕਣ ਕਿੱਧਰੇ ਬਿਰਧ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਕਿੱਧਰੇ ਬਾਗਾਂ ਦੀ ਸੇਵਾ ਕਿੱਧਰੇ ਲੰਗਰ ਦੀ ਸੇਵਾ ਕਿੱਧਰੇ ਬੱਚਿਆਂ ਦੀ ਜਿਹੜੀ ਖੁਸ਼ਬੂ ਮਿੱਠੀ ਨਿੱਘੀ ਕਿਉਂਕਿ ਨਾਲ ਇੱਕ ਐਸੀ ਬਿਲਡਿੰਗ ਹੈਗੀ ਆ ਨਹੀਂ ਤਾਂ ਆਪਾਂ ਦੇਖਦੇ ਜਾੜਾਂ ਦੇ ਵਿੱਚ ਬਿਰਧ ਆਸ਼ਰਮ ਜਿਹੜੇ ਹੈਗੇ ਆ ਬਣੇ ਹੁੰਦੇ ਆ ਪਰ ਇੱਥੇ ਨਾਲ ਬੱਚਿਆਂ ਦੀ ਜਦੋਂ ਚਹਿ ਚਹਾਉਂਦੀ ਆ ਖੁਸ਼ਬੂ ਆਉਂਦੀ ਬੱਚਿਆਂ ਦੀ ਕੀ ਕਹਿਣਾ ਚਾਹੋ ਇਹ ਜਿਹੜਾ ਬਿਰਧ ਘਰ ਆ 1959 ਦੇ ਵਿੱਚ ਜਦੋਂ ਦਾ ਬਣਿਆ ਇਹ ਦਾਨੀਆਂ ਦੇ ਦਾਨ ਨਾਲ ਚੱਲਦਾ ਦਾਨੀ ਦਾਨ ਕਰਦੇ ਆ ਜਿੰਨਾ ਕੁ ਦਾਨੀ ਦਾਨ ਕਰਦੇ ਉਹਦੇ ਹਿਸਾਬ ਨਾਲ ਸਾਰੀ ਇੱਥੇ ਸੇਵਾ ਕੀਤੀ ਜਾਂਦੀ ਆ ਜੋ ਵੀ ਦਾਨੀਆਂ ਦਾ ਦਾਨ ਆਉਂਦਾ ਇੱਕ ਇੱਕ ਪੈਸਾ ਇਹਦਾ ਉੱਥੇ ਲੱਗਦਾ ਉਹਨਾਂ ਦੇ ਦਾਨ ਨਾਲ ਹੀ ਚੱਲਦਾ ਵਾ ਨਾਲ ਹੀ ਸਾਡਾ ਸਕੂਲ ਆ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬੱਚੇ ਵੀ ਜਦੋਂ ਵੇਖਦੇ ਆ ਛੋਟੇ ਬਿਰਧ ਨੂੰ ਵੇਖਦੇ ਆ ਛੋਟੇ ਬੱਚੇ ਬਿਰਧਾਂ ਨੂੰ ਅਤੇ ਉਹ ਵੀ ਵੇਖ ਕੇ ਖੁਸ਼ ਹੁੰਦੇ ਆ ਸਾਡੇ ਬਿਰਧਾਂ ਦੀ ਇੰਨੀ ਵਧੀਆ ਸੇਵਾ ਹੋ ਰਹੀ ਆ ਇਹ ਜਿਹੜੇ ਪਾਰਕ ਗੁਰਦੁਆਰਾ ਸਾਹਿਬ ਸਵੇਰੇ ਸਵੇਰ ਜਾਣ ਬਿਰਧ ਮੱਥਾ ਟੇਕਦੇ ਆ ਬਾਣੀ ਦਾ ਆਨੰਦ ਲੈਂਦੇ ਆ ਇਹ ਸਾਰਾ ਬਿਰਧਾਂ ਦੀ ਸਹੂਲਤਾਂ ਲਈ ਕੀਤਾ ਗਿਆ ਭਾਈ ਸਾਹਿਬ ਭਾਈ ਵੀਰ ਸਿੰਘ ਬਿਰਧ ਘਰ ਵਿਖੇ ਸ਼ਜੋਪਤ ਸਿੰਘ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਸੁਫੀ ਸਾਹਿਬ ਦਾ ਪਾਠ ਹੁੰਦਾ ਸਾਰੇ ਬਿਰਧ ਇੱਥੇ ਸਵੇਰੇ ਸਵੇਰੇ 6 ਵਜੇ ਆਪਣਾ ਮੱਥਾ ਟੇਕਾਉਂਦੇ ਨੇ ਔਰ ਉਹ ਅਰਦਾਸ ਤੱਕ ਪ੍ਰਸ਼ਾਦ ਲੈ ਕੇ ਆਪਣੇ ਫਿਰ ਕਮਰੇ ਨੂੰ ਵਾਪਸ ਜਾਂਦੇ ਨੇ ਇਸ ਤੋਂ ਇਲਾਵਾ ਜਿਹੜੇ ਦਾਦੀ ਸਿੰਘਾਂ ਦਾ ਸਾਡੇ ਕੋਲ ਅਖੰਡ ਪਾਠ ਬੁੱਕ ਨੇ ਸਹਿਜ ਪਾਠ ਬੁੱਕ ਨੇ ਉਹਨਾਂ ਦੀਆਂ ਬੱਚਿਆਂ ਦੀਆਂ ਜਨਮ ਦਿਹਾੜੇ ਬੁੱਕ ਨੇ ਜਾਂ ਉਹਨਾਂ ਦੇ ਬਜ਼ੁਰਗਾਂ ਦੀਆਂ ਜਾਦਾ ਬੁੱਕ ਨੇ ਉਹਨਾਂ ਦੇ ਸਾਡੇ ਕੋਲ ਇੱਕ ਲੈਜਰ ਬਣੇ ਹੋਏ ਨੇ ਲੈਜਰ ਦੇ ਮੁਤਾਬਕ ਹਰ ਮਹੀਨੇ ਦਾ ਸਹਿਬੀਰ ਦਾ ਉਹ ਅਸੀਂ ਆਪਣੇ ਗਰਸ ਸਿੰਘ ਨੂੰ ਦਿੰਦੇ ਹਾਂ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਉਹਦੇ ਮੁਤਾਬਕ ਰੋਜ਼ ਜਾਂ ਰੋਜ਼ ਅਰਦਾਸਾ ਰੋਜ਼ ਜਾਂ ਰੋਜ਼ ਅੱਜ ਵੀ ਇੱਕ ਖੜਪੜ ਸਾਹਿਬ ਦਾ ਭੋਗ ਪਿਆ ਉਹ ਭੋਗ ਪਾ ਕੇ ਉਹ ਜਿਹੜੇ ਖੜਪੜ ਸੀ ਜਿਹਦਾ ਭੁੱਖ ਸੀ ਉਹ ਅੱਜ ਇੱਥੇ ਆਏ ਸੀਗੇ ਉਹ ਇੱਥੇ ਸਤਰੀਫ ਰਿਹਾ ਸੀ ਉਸੇ ਮੁਸਾ ਦੇ ਕੇ ਅਰਦਾਸ ਪਾ ਕੇ ਗਏ ਨੇ ਇੱਥੇ ਤਕਰੀਬਨ ਰੋਜ਼ ਰੋਜ਼ ਹੀ ਆਪਣਾ ਕੋਈ ਨਾ ਕੋਈ ਆਪਣਾ ਸੇਵਾ ਕਰਨ ਦੀ ਬਾਹਰੋਂ ਆ ਜਾਂਦੇ ਨੇ ਨਗਰ ਦੀ ਸੇਵਾ ਕਰਨ ਵਾਸਤੇ ਆ ਜਾਂਦੇ ਨੇ ਗੁਰਦੁਆਰੇ ਦੀ ਸੇਵਾ ਕਰਨ ਵਾਸਤੇ ਆ ਜਾਂਦੇ ਨੇ ਇੱਥੇ ਸਾਰਾ ਕੰਮ ਸਿਸਟਮ ਜਿਹੜੀ ਚੱਲ ਰਿਹਾ ਬਿਰਧਾਂ ਨੂੰ ਬਿਲਕੁਲ ਖੁਸ਼ੀ ਹੁੰਦੀ ਆ ਉਹ ਰੋ ਸਾਰਾ ਕੀਰਤਨ ਰਸਮਈ ਕੀਰਤਨ ਸੁਣਦੇ ਨੇ ਅਰਦਾਸਾਂ ਵੀ ਸੁਣਦੇ ਨੇ ਉਹ ਬੜੇ ਖੁਸ਼ ਹੁੰਦੇ ਨੇ ਔਰ ਕਈ ਬਿਰਧਾਂ ਨੇ ਇਹੋ ਜਿਹੇ ਵੀ ਪਰਿਸਥਿਤੀ ਨੇ ਕਿ ਇਹ ਅਰਦਾਸ ਦਾ ਬਿਰਧ ਘਰ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਅਸੀਂ ਵੀ ਵੇਖਿਆ ਕਿ ਜੋ ਇੱਥੇ ਬੇਨਤੀ ਹੋ ਰਿਹਾ ਗੁਰਦੁਆਰੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਵਿੱਚ ਅੰਦਰ ਬਿਰਧਾਂ ਦੀ ਸਹੂਲਤ ਵਾਸਤੇ ਏਸੀ ਵੀ ਲਾਏ ਹੋਏ ਨੇ ਦੋ ਪੰਜਾਬ ਦੇ ਵਿੱਚ ਮੌਸਮ ਬਦਲਦੇ ਰਹਿੰਦੇ ਨੇ ਕਦੀ ਗਰਮੀ ਦਾ ਆ ਗਿਆ ਕਦੀ ਸਰਦੀ ਦਾ ਆ ਗਿਆ ਗਰਮੀ ਜਦੋਂ ਪੈਂਦੀ ਹੈ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਬਿਰਧਾਂ ਦੀ ਸਹੂਲਤ ਦੇ ਲਈ ਇੱਥੇ 2 RO ਅਤੇ 2 ਫੋਲਡ ਮਸ਼ੀਨਾਂ ਵੱਡੀਆਂ ਲਗਾਈਆਂ ਨੇ ਜਿਨ੍ਹਾਂ ਨਾਲ ਕਿ ਉਹਨਾਂ ਨੂੰ ਪੂਰੀ ਪਾਣੀ ਦੀ ਸਹਾਇਤਾ ਜਿਹੜੀ ਹੈ ਉਹ ਮਿਲਦੀ ਰਹੇ ਔਰ ਉਹਨਾਂ ਨੂੰ ਕਿਸੇ ਗੱਲ ਦੀ ਮੁਸ਼ਕਲ ਨਾ ਆਵੇ ਭਾਈ ਵੀਰ ਸਿੰਘ ਬਿਰਧ ਘਰ ਦੀ ਰਸੋਈ ਘਰ ਵਿੱਚ ਖੜ੍ਹੇ ਹਾਂ ਇੱਥੇ ਰਸੋਈ ਦਾ ਸਾਰਾ ਕੰਮ ਸਾਰਾ ਜਿਹੜਾ ਵਗੈਰਾ
ਸਾਡਾ ਗੈਸ ਤੇ ਹੁੰਦਾ ਹੈ ਔਰ ਗੈਸ ਸਿਸਟਮ ਸਾਡਾ ਉੱਥੇ ਲੱਗਾ ਹੋਇਆ ਹੈ। ਇਸ ਤੋਂ ਬਾਅਦ ਸਾਡੇ ਬਾਹਰ ਭੱਠੀਆਂ ਵੀ ਹਨ, ਭੱਠੀਆਂ 'ਤੇ ਵੀ ਖਾਣਾ ਤਿਆਰ ਹੁੰਦਾ ਔਰ ਚਾਰ ਬੁੱਕ ਅਸੀਂ ਖਾਣਾ ਤਿਆਰ ਕਰਨ ਨੂੰ ਅਸੀਂ ਵੇਚ ਕੀਤੀਆਂ ਹੋਈਆਂ ਨੇ ਪਰਮਾਨੈਂਟ, ਜਿਹੜੀਆਂ ਖਾਣਾ ਤਿਆਰ ਕਰਦੀਆਂ ਹਨ ਔਰ ਸਾਰੇ ਬਿਰਧਾਂ ਨੂੰ ਖਾਣਾ ਸਿਖਾਉਣ ਦੇ ਅਸੀਂ ਡਾਇਨਿੰਗ ਹਾਲ ਸਾਡੇ ਕੋਲ ਹੈ ਔਰ 60-70 ਬਿਰਧ ਐਟੇ ਟਾਈਮ ਡਾਇਨਿੰਗ ਹਾਲ ਵਿੱਚ ਖਾਣਾ ਖਾ ਸਕਦੇ ਨੇ ਔਰ ਡਾਇਨਿੰਗ ਹਾਲ ਦਾ ਸਾਡੇ ਕੋਲ ਕਾਫੀ ਸੁਵਿਧਾ ਹੈ। ਉਹਨਾਂ ਵਾਸਤੇ ਕਲੈਕਟਰੀ ਸਾਡੇ ਕੋਲ ਵੱਖਰੀ ਹੈ, ਸਾਰੀਆਂ ਵੱਖਰੀਆਂ, ਹਰ ਚੀਜ਼ ਸਾਡੇ ਕੋਲ ਮੁਹੱਈਆ ਜੋ ਸਾਡੇ ਕੋਲ ਲੱਗਣ ਕਾਰਜ ਹੁੰਦੀ ਹੈ। ਸਭ ਤੋਂ ਵੱਡੀ ਗੱਲ ਜੀ ਸਫਾਈ ਦਾ ਬੜਾ ਧਿਆਨ ਰੱਖਿਆ ਜਾ ਰਿਹਾ ਸੀ, ਸਫਾਈ ਦਾ ਸਾਡੇ ਕੋਲ ਚਾਰ ਸਫਾਈ ਚੰਗਾ ਨੇ, ਚਾਰ ਤੋਂ ਜੋ ਦੋ ਮਾਲੀ ਨੇ, 6 ਬੰਦੇ ਸਾਡੇ ਸਫਾਈ ਵਾਸਤੇ ਹੈਗੇ ਨੇ ਔਰ ਸਫਾਈ ਤਕਰੀਬਨ ਰੋਜ਼ ਹੀ ਰੋਜ਼ ਹਰ ਕਮਰਾ ਹਰ ਪਾਰਕ ਹਰ ਸੜਕ ਰੋਜ਼ ਰੋਜ਼ ਸਾਫ਼ ਹੁੰਦੀ ਹੈ। ਅਸੀਂ ਰਸੋਈ ਅਗਰ ਦੇਖ ਸਕਦੇ ਹਾਂ, ਰਸੋਈ ਦੇ ਵਿੱਚ ਅਸੀਂ ਦੇਖ ਰਹੇ ਹਾਂ ਬੜਾ ਸਫਾਈ, ਕਿਉਂਕਿ ਆਮ ਤੌਰ 'ਤੇ ਦੇਖਿਆ ਰਸੋਈਆਂ ਦੇ ਵਿੱਚ ਆਟੇ ਕਿੱਧਰ ਡੁੱਲੇ ਹੁੰਦੇ ਆ, ਸਬਜ਼ੀਆਂ ਕਿੱਧਰ ਕੱਟੇ ਡੁੱਲੇ, ਲੇਕਿਨ ਬਹੁਤ ਹੀ ਵਧੀਆ ਤਰੀਕੇ ਨਾਲ, ਕਿਉਂਕਿ ਦੁਪਹਿਰ ਦਾ ਮੌਕਾ ਹੁਣ ਖਾਣੇ ਦਾ ਸਮਾਂ, ਲੇਕਿਨ ਕੋਈ ਵੀ ਇੱਥੇ ਹੌਸ ਪੌਸ਼ ਕੋਈ ਉਹ ਚੀਜ਼ ਨਹੀਂ। ਇਸ ਤੋਂ ਇਲਾਵਾ ਇਹਦੀ ਇੱਕ ਵੱਡੀ ਮਾਣ ਵਾਲੀ ਗੱਲ ਹੈ ਕਿ ਜਿਹੜਾ ਸਾਡਾ ਲੰਗਰ ਦਾ ਸਿਸਟਮ ਹੈ ਉਹ ਸਾਡਾ ਬਿਲਕੁਲ ਕੋਈ ਮੱਛੀ ਵਗੈਰਾ ਮੱਛੀ ਵਗੈਰਾ ਮੱਛਰ ਵਗੈਰਾ ਅੰਦਰ ਨਹੀਂ ਆਏਗਾ। ਸਾਡਾ ਜਿਹੜਾ ਰਾਸ਼ਨ ਦਾ ਸਟੋਰ ਹੈ ਉਹ ਬਿਲਕੁਲ ਬਿਲਕੁਲ ਪੈਕਡ ਹੈ ਔਰ ਕੋਈ ਚੀਜ਼ ਨੰਗੀ ਨਹੀਂ ਹੈਗੀ। ਸਵੇਰੇ 5 ਵਜੇ ਤੋਂ ਅਸੀਂ ਲੰਗਰ ਚਾਲੂ ਕਰਦੇ ਹਾਂ, 5:30 5:30 ਤੱਕ ਅਸੀਂ ਚਾਹ ਤਿਆਰ ਕਰਕੇ ਬਿਰਧਾਂ ਨੂੰ ਚਾਹ ਵਰਤਾਉਂਦੇ ਹਾਂ। ਉਸ ਤੋਂ ਬਾਅਦ ਅਸੀਂ 8:30 ਨਾਸ਼ਤਾ ਤਿਆਰ ਕਰਦੇ ਹਾਂ, 8:30 ਅਸੀਂ ਨਾਸ਼ਤਾ ਤਿਆਰ ਕਰਕੇ ਉਹਨਾਂ ਦੇ ਦਿੰਦੇ। ਉਸ ਤੋਂ ਬਾਅਦ ਅਸੀਂ 11 ਵਜੇ ਦੁੱਧ ਅੱਧਾ ਅੱਧਾ ਕਿਲੋ ਹਰ ਕਿਸੇ ਬਿਰਧ ਨੂੰ ਦਿੰਦੇ ਹਾਂ। ਇੱਥੇ ਲੰਗਰ ਵਿੱਚ ਅਸੀਂ ਇਸੇ ਚੀਜ਼ ਦਾ ਤਿਆਰ ਕਰਦੇ ਹਾਂ। ਬਾਅਦ ਵਿੱਚ ਅਸੀਂ 12:30 ਰੋਟੀ ਦਾ ਖਾਣਾ ਹੁੰਦਾ, ਰੋਟੀ ਹੁੰਦੀ ਦਾ 12:30 ਸਾਰੇ ਬਿਰਧਾਂ ਨੂੰ ਕਮਰਿਆਂ 'ਚ ਜਾ ਕੇ ਰੋਟੀ ਵਰਤਾ ਕੇ ਆਉਂਦੇ ਹਾਂ। ਇਸ ਤਰ੍ਹਾਂ ਅਸੀਂ ਬਿਰਧਾਂ ਦੀ ਸੇਵਾ ਕਰਦੇ ਹਾਂ ਅਤੇ ਪਰਮਾਤਮਾ ਇੱਦਾਂ ਹੀ ਸਾਨੂੰ ਇਹਨਾਂ ਦੇ ਨਾਲ ਜੋੜ ਕੇ ਰੱਖੇ ਕਿ ਅਸੀਂ ਸੇਵਾ ਕਰਦੇ ਰਹੇ। ਭਾਈ ਵੀਰ ਸਿੰਘ ਦੇ ਬਿਰਧ ਘਰ ਦੇ ਵਿੱਚ ਡਾਇਨਿੰਗ ਹਾਲ ਦੇ ਵਿੱਚ ਬੈਠੇ ਹੋਏ ਆ। ਇਹ ਬਿਰਧ ਘਰ ਜਿਹੜਾ ਡਾਇਨਿੰਗ ਹਾਲ ਹੈ, ਬਿਰਧਾਂ ਨੂੰ ਖਾਣਾ ਛਕਾਉਣ ਵਾਸਤੇ ਬਣਾਇਆ ਗਿਆ ਹੈ। ਇਹਦੀ ਕਪੈਸਿਟੀ ਐਟ ਏ ਟਾਈਮ 60-70 ਬਿਰਧ ਜਿਹੜੇ ਆ ਇੱਕਦਮ ਬੈਠ ਕੇ ਖਾਣਾ ਖਾ ਸਕਦੇ ਆ। ਜਿਹੜੇ ਬਿਰਧ ਇੱਥੇ ਆ ਕੇ ਨਹੀਂ ਖਾਣਾ ਖਾ ਸਕਦੇ, ਅਸੀਂ ਉਹਨਾਂ ਨੂੰ ਖਾਣਾ, ਉਹਨਾਂ ਦਾ ਬ੍ਰੈਕਫਾਸਟ, ਉਹਨਾਂ ਦਾ ਚਾਹ ਦਾ ਸਮਾਨ ਉਹਨਾਂ ਦੇ ਕਮਰਿਆਂ ਦੇ ਵਿੱਚ ਪਹੁੰਚਾਉਂਦੇ ਹਾਂ ਕਿ ਉਹਨਾਂ ਨੂੰ ਤੁਸੀਂ ਕਿਸੇ ਨੂੰ ਖਾਣਾ। ਲੇਡੀਜ਼ ਵਿੰਗ ਜੋ ਕਿ ਸਾਨੂੰ ਸਰ ਮਨੋਹਰ ਸਿੰਘ ਜੀ ਗਿੱਲ ਸਾਬਕਾ ਮੈਂਬਰ ਪਾਰਲੀਮੈਂਟ ਦੇ ਫੰਡਸ ਦਿੱਤੇ ਔਰ ਉਹਨਾਂ ਦੀ ਮਿਹਨਤ, ਉਹਨਾਂ ਦਾ ਸਦਕਾ, ਉਹਨਾਂ ਦੀ ਹਿੰਮਤ ਕਰਕੇ ਸਾਰਾ ਲੇਡੀਜ਼ ਵਿੰਗ ਨਵਾਂ 10 ਕਮਰਿਆਂ ਦਾ ਨਵਾਂ ਅਸੀਂ ਤਿਆਰ ਕੀਤਾ। ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਦੇ ਕੇ ਸਾਡੇ ਬਿਰਧ ਘਰ ਨੂੰ ਪੱਟੀ ਕਰ। ਇਸ ਵੇਲੇ ਬਿਰਧ ਘਰ ਦੇ ਖੜੇ ਆ ਜਿੱਥੇ ਕਿ ਸਾਡੇ ਬਿਰਧ ਇਸ ਵੇਲੇ ਦੁਪਹਿਰ ਵੇਲੇ ਆਰਾਮ ਕਰ ਰਹੇ ਨੇ ਔਰ ਅੱਜ ਜਿਹੜਾ ਉਹਨੇ ਖਾਣਾ ਥੋੜ੍ਹੀ ਦੇਰ ਤੱਕ ਜਿਹੜਾ ਉਹ ਦਿੱਤਾ ਜਾਏ। ਤੁਹਾਨੂੰ ਇੱਥੇ ਰਹਿ ਕੇ ਕਿੰਨਾ ਕਿੰਨੀ ਸੇਵਾ ਇਸ ਬਿਰਧ ਆਸ਼ਰਮ ਵਿੱਚ ਹੋ ਰਹੀ ਹੈ? ਠੀਕ ਹੈ ਜੀ, ਬਹੁਤ ਸੁਣਾ, ਬਹੁਤ ਠੀਕ ਹੈ। ਅਤੇ ਕਿਵੇਂ ਮਤਲਬ ਤੁਹਾਡਾ ਮਨ ਜਿਹੜਾ ਹੈਗਾ ਇੱਥੇ ਸਾਰਾ ਦਿਨ ਕਰਦੇ ਹੋ? ਟਾਈਮ ਪਾਸ ਕਰਨ ਵਾਸਤੇ ਜਗ੍ਹਾ ਬਹੁਤ ਸੋਹਣੀ ਹੈ ਅਤੇ ਹੋ ਰਿਹਾ ਚੰਗਾ ਹੁੰਦਾ। ਖਾਣਾ ਵਗੈਰਾ ਕਿੱਦਾਂ ਮਿਲ ਰਿਹਾ ਤੁਹਾਨੂੰ? ਬਹੁਤ ਸੋਹਣਾ ਮਿਲਦਾ। ਔਰ ਅਗਰ ਆਪਾਂ ਪਰਮਾਤਮਾ ਦੀ ਗੱਲ ਕਰੀਏ ਤਾਂ ਸੁਬਾਹ ਸ਼ਾਮ ਜਿਹੜਾ ਕੀਰਤਨ ਸੋਹਲੇ ਤੇ ਹੋਰ ਸਾਰਾ ਗੁਰਦੁਆਰਾ ਨਾਲ ਦੋ ਟਾਈਮ ਜਾਈਏ, ਭਾਵੇਂ ਤਿੰਨ ਟਾਈਮ ਜਾਈਏ, ਲਿਆਓ ਦੇ ਜੋ ਗੱਲ ਸੁਣਦੀਆਂ ਹੀ ਨਹੀਂ ਗੀਆਂ ਕਿ ਇਹਦੇ ਬੁੱਢੇ ਨੇ ਰੋਲੀ ਪਾਈ ਜਾਣੀ ਆ। ਇੱਥੇ ਟਾਈਮ ਨਾਲ ਹੀ ਸਵੇਰੇ 5 ਵਜੇ ਚਾਹ ਆ ਜਾਂਦੀ ਹੈ, ਮੁੜ ਕੇ 9 ਵਜੇ ਪਰੌਂਠੇ, 8:30 ਸ਼ੂਗਰ ਵਾਲਿਆਂ ਨੇ ਪਿੱਕੀ ਚਾਹ, ਦੂਜੇ ਫਿਰ ਦੁੱਧ ਆ ਜਾਂਦਾ 12 ਵਜੇ, ਫਿਰ 1 ਵਜੇ ਰੋਟੀ, ਫਿਰ 4 ਵਜੇ ਚਾਹ, ਫਿਰ 7 ਵਜੇ ਜਿਹੜੀ ਸਵੇਰੇ ਸਬਜ਼ੀ ਬਣਨੀ ਆ ਉਹ ਰਾਤ ਨੂੰ ਨਹੀਂ ਇਹਨਾਂ ਦੇਣੀ, ਦਾਲ ਦੇਣੀ ਆ ਇਹਨੇ, ਸਬਜ਼ੀ ਦੇਣੀ ਆ। ਇੱਥੇ ਤਾਂ ਮੈਂ ਕਹਿੰਦਾ ਸਭ ਕੁਛ ਭੁੱਲ ਗਿਆ ਪਿੱਛੇ। ਸਾਂਭ ਸੰਭਾਲ ਇੱਥੇ ਵਾਧੂ ਆ, ਪਰਮਾਤਮਾ ਦੀ ਕਿਰਪਾ, ਹਰ ਇੱਕ ਚੀਜ਼ ਖਾਣ ਪੀਣ ਨੂੰ, ਸਾਬਣ ਤੇਲ ਮੰਜੇ ਦੋ ਪੱਖੇ ਲੱਗੇ ਆ, ਦੋ ਪੱਖੇ ਲੱਗੇ ਆ ਸਹੂਲਤ ਵਾਸਤੇ 5 ਗੈਸਟ ਰੂਮ ਬਣਾਏ ਨੇ ਔਰ ਅੱਜ ਥੱਲੇ ਇੱਥੇ ਆਉਣ, ਸਾਡੇ ਕੋਲ ਰਹਿਣ, ਸਾਡੇ ਕੋਲ ਉਸ ਕਮਰਿਆਂ 'ਚ ਏਸੀ ਲੱਗਿਆ, ਸਭ ਕੁਝ ਲੱਗਾ, ਉਹ ਆਪਣੇ ਆਪ ਨੂੰ ਆ ਗਏ ਵੀ ਇੱਥੇ ਆਪਣਾ ਘਰ ਵਾਲਾ ਮਾਹੌਲ। ਇੱਥੇ ਜਿਸ ਵੇਲੇ ਵੀ ਅਗਰ ਬਿਰਧਾਂ ਨੂੰ ਐਡਮਿਟ ਕਰਦੇ ਹਾਂ, ਅਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਕਰਦੇ ਹਾਂ, ਕੋਈ ਜਾਤ ਪਾਤ ਨਹੀਂ, ਸਿਰਫ ਕੋਈ ਸਾਡੀ ਹੈ ਬਿਰਧ ਉਹ ਰੱਖਿਆ ਜਾਏ ਜਿਹੜੀ ਆਪਣੀ ਸੇਵਾ ਸੰਭਾਲ ਥੋੜ੍ਹੀ ਬਹੁਤ ਆਪ ਕਰ ਸਕਦਾ ਹੋਵੇ, ਡਿਪੈਂਡੈਂਟ ਕਿਸੇ ਦੇ ਨਾ ਹੋਵੇ, ਬਸ ਆਪਣੀ ਸੇਵਾ ਸੰਭਾਲ ਕਰ ਲਏ, ਇਸ਼ਨਾਨਪਾਣੀ ਕਰ ਲਏ, ਕਾਫੀ ਆਪ ਲਵੇ, ਬਾਕੀ ਸਾਡੇ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਔਰਤ ਦਾ ਜਾਂ ਸਰਦਾ ਆਦਮੀ ਦਾ ਕੋਈ ਫਰਕ ਨਹੀਂ। ਇੱਕ ਹੋਰ ਵੀ ਗੱਲ ਬੜੀ ਇੰਪੋਰਟੈਂਟ ਦੱਸਣ ਵਾਲੀ ਰਹੀ ਹੈ, ਅਸੀਂ ਇੱਥੇ ਨਾ ਨਸ਼ਾ ਕਿਸੇ ਨੂੰ ਕਰਨ ਦਿੰਦੇ ਹਾਂ,
ਨਾ ਬਾਹਰੋਂ ਕੋਈ ਨਸ਼ਾ ਕਰਕੇ ਆ ਸਕੇ। ਇੱਕ ਹੋਰ ਵੱਡੀ ਗੱਲ ਉਹ ਸਾਰਾ ਵੈਸ਼ਨੂੰ ਖਾਣਾ ਬਿਲਕੁਲ ਵੈਸ਼ਨੂੰ। ਘਰ ਦੇ ਕਿਉਂਕਿ ਹਾਲਤ 'ਚ ਖੜ੍ਹੇ ਹਾਂ ਔਰ ਜਿੱਥੇ ਸਾਡੀ ਇੱਕ ਲਾਇਬ੍ਰੇਰੀ ਹੈ ਜਿੱਥੇ ਧਾਰਮਿਕ ਪੁਸਤਕਾਂ ਪੁੱਛੀਆਂ ਨੇ ਉਸ ਵੀ ਬੜਾ ਸੱਚੇ ਢੰਗ ਨਾਲ ਸਤਿਕਾਰ ਸਾਹਿਬ ਕਾਰਨ ਅਸੀਂ ਉਹ ਕੁਰਸੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਔਰ ਉਹਨਾਂ ਦੀ ਸੇਵਾ ਹੁੰਦੀ ਹੈ। ਨੰਬਰ 2 ਕਿ ਬਿਰਧਾਂ ਵਾਸਤੇ ਅਸੀਂ ਇੱਕ NCD ਲਾਈ ਹੋਈ ਹੈ ਜਿੱਥੇ ਬਿਰਧ ਦੇਖ ਕੇ ਸ਼ਾਮ ਨੂੰ ਗੁਰਬਾਣੀ ਸੁਣਦੇ ਆ ਸਵੇਰੇ ਗੁਰਬਾਣੀ ਸੁਣਦੇ ਆ ਜੋ ਇਹਨਾਂ ਦੇ ਪ੍ਰੋਗਰਾਮ ਦੇਖਦੇ ਹੋਏ ਆਪਣੀ ਮਰਜ਼ੀ ਨਾਲ ਦੇਖਦੇ ਰਹੇ ਔਰ ਸਾਰਾ ਦੁੱਖ ਇੰਜੋਏ ਕਰਦੇ ਰਹੇ। ਅਸੀਂ ਬਣਾਉਂਦੇ ਹਾਂ ਉਹਨਾਂ ਦੀ ਬਰਸੀ ਅਸੀਂ ਬਣਾਉਂਦੇ ਹਾਂ। ਇਸ ਤੋਂ ਇਲਾਵਾ ਲੋਹੜੀ ਦਾ ਤਿਉਹਾਰ ਮਨਾਉਂਦੇ ਹਾਂ, ਦਿਵਾਲੀ ਦਾ ਤਿਉਹਾਰ ਮਨਾਉਂਦੇ ਹਾਂ, ਵਿਸਾਖੀ ਦਾ ਤਿਉਹਾਰ ਮਨਾਉਂਦੇ ਹਾਂ। ਇਹਦੇ ਸਾਰਾ ਤਿਉਹਾਰਾਂ 'ਤੇ ਅਸੀਂ ਕੀਰਤਨ ਦਾ ਆਯੋਜਿਤ ਕਰਦੇ ਹਾਂ। ਗੁਰਦੁਆਰਾ ਸਾਹਿਬ ਵਿਖੇ ਪਾਠ ਹੋ ਕੇ ਉਸ ਤੋਂ ਬਾਅਦ ਕੀਰਤਨ ਹੁੰਦਾ, ਫਿਰ ਅਰਦਾਸ ਹੁੰਦੀ ਹੈ, ਉਸ ਤੋਂ ਬਾਅਦ ਸੱਚ ਲੰਗਰ ਛਕਾਇਆ ਜਾਂਦਾ। ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਬਰਸੀ 'ਤੇ ਆਪਣਾ ਸ਼ਪੀਲਾ ਵੀ ਲਾਉਂਦੇ ਹਾਂ, ਉਸ ਤੋਂ ਬਾਅਦ ਲੰਗਰ ਵੀ ਲਾਉਂਦੇ ਹਾਂ, ਉਹਨਾਂ ਦੀ ਯਾਦਾਂ ਮਨਾਉਂਦੇ ਰਹਿੰਦੇ ਹਾਂ। ਔਰ ਜਿੰਨੇ ਵੀ ਗੁਰੂ ਸਾਹਿਬਾਨਾਂ ਦੇ ਹਥਿਆੜੇ ਦੇ ਅਸੀਂ ਸਾਰੇ ਉਹਨਾਂ ਦੇ ਰਹਿਤ ਬਜਾਦਾ ਸਿਹਤ ਲਗਾਉਂਦੇ ਹਾਂ। ਸਭ ਮਤਲਬ ਆਪਣੇ ਘਰ ਨਾਲੋਂ 100 ਗੁਣਾ ਚੰਗਾ ਜਿਹੜਾ ਮਤਲਬ ਜੀ ਦੇ ਇੱਥੇ ਨਹੀਂ ਮੰਜੀ ਡਾਉਣੀ, ਇੱਥੇ ਰੌਲਾ ਪੈਂਦਾ, ਇੱਥੇ ਹੀ ਕੰਮ ਕਰਨਾ, ਇੱਥੇ ਨਹੀਂ ਬਹਿਣਾ ਖਲੋਣਾ, ਇੱਧਰੋਂ ਤਾਂ ਜੇ ਕਿਸੇ ਨੂੰ ਮਤਲਬ ਲਾਉਣਾ ਉਦੋਂ ਮਿੱਠੇ ਬਣ ਜਾਣਾ ਬਈ ਸਾਡੇ ਅਸੀਂ ਤਾਂ ਰੋਟੀ ਦੇਵਾਂਗੇ ਸਾਰੀ ਬਰਾਹ ਕਰਾਂਗੇ ਆਹ ਕਰਾਂਗੇ। ਘਰ ਨਾਲੋਂ ਇੱਥੇ ਕਿਵੇਂ ਲੱਗਿਆ? ਠੀਕ ਹੈ। ਦਵਾਈ ਪਾਣੀ ਕਿੱਦਾਂ, ਕੌਣ ਲੈ ਕੇ ਦਿੰਦਾ? ਆਪ ਵੀ ਲੈ ਜਾਂਦੇ ਆ ਤੇ ਇੱਥੋਂ ਦੇ ਅਫਸਰ ਵੀ ਲਿਆ ਕੇ ਦਿੰਦੇ। ਇੱਥੋਂ ਦੇ ਕੌਣ ਲਿਆ ਕੇ ਦਿੰਦੇ? ਮਾਲਕ ਲਿਆ ਕੇ ਦਿੰਦਾ ਜਿਹੜਾ ਇੱਥੋਂ ਦਾ ਮੁਖਤਾਰ। ਤੇ ਇਹ ਬੀਬੀਆਂ ਭੈਣਾਂ ਜਿਹੜੀਆਂ ਕੱਪੜੇ ਧੋਣ ਵਾਲੀਆਂ, ਤੁਹਾਡੇ ਕੌਣ ਧੋਂਦਾ? ਮੈਂ ਆਪ ਹੀ ਧੋਣੀ, ਮੈਂ ਨਹੀਂ ਭਾਈ। ਹੋਰ ਇਹ ਵੀ ਪੋਚੇ ਲਾਉਣ ਵਾਲੀਆਂ ਕਿੱਦਾਂ ਕਰਦੀਆਂ ਕਿ ਨਹੀਂ ਕਰਦੀਆਂ ਸੇਵਾ? ਇਹ ਵੀ ਕਰਦੀਆਂ, ਕਿਤੇ ਆਪ ਵੀ ਕਰ ਲਈਦਾ, ਜਿੰਨਾ ਚਿਰ ਚੱਲਦੀਆਂ ਉਨਾ ਚਿਰ ਕਰਦੀਆਂ, ਬਾਅਦ ਵਿੱਚ ਠੀਕ ਕਰਾ ਲੈਣਗੇ। ਹੈ ਤਾਂ ਸਭ ਕੁਛ ਹੀ ਬਾਕੀ, ਪਰ ਨਹੀਂ ਬੱਚੇ ਨਹੀਂ ਸਾਂਭਦੇ। ਉੱਚੀ ਬੋਲੀ ਜਾਉਂਦੇ ਆਪ ਸਾਂਭਦੇ, ਅਗਤੀ ਨਾ ਬੋਤੇ ਗਏ ਹੱਥ ਨਹੀਂ ਸਾਂਭਦੇ। ਸਰਦਾਰ ਹੋ ਰਹੇ ਉਹਨਾਂ ਨੂੰ ਡੈਥ ਹੋ ਜਾਣ, ਉਹਨਾਂ ਨੂੰ 14 ਸਾਲ ਹੋ ਗਏ ਆ, ਪਰ ਘਰ ਦਾ ਕੋਈ ਪਰਵਾਹ ਨਹੀਂ ਸੀ ਕਰਦੇ। ਬਾਹਰ ਦੇ ਧੱਕੇ ਖਾਣ ਨਾਲੋਂ ਫਿਰ ਇੱਥੇ ਉਹਨਾਂ ਠੀਕ ਸੁਣਦੇ। ਇੱਥੇ ਕਿਵੇਂ ਲੱਗਿਆ? ਬਹੁਤ ਵਧੀਆ, ਬੜੀ ਸੇਵਾ ਹੁੰਦੀ ਆ, ਸਭ ਕੁਝ ਮਿਲਦਾ, ਦਵਾਈ ਦਾਰੂ ਸਭ ਕੁਝ ਮਿਲਦਾ। ਕਿਸ ਤਰ੍ਹਾਂ ਆਏ ਤੁਸੀਂ ਇੱਥੇ?
ਦੇਰ ਦੇ ਪੁੱਤ ਨੇ ਵਿਆਹਿਆ ਵਰਿਆ, ਧੱਕੇ ਮਾਰੇ, ਨਹਾ ਕੇ ਕੱਪੜੇ ਪਾ ਕੇ ਹਟੀ ਨੰਗੇ ਦੇ। ਅੱਛਾ,